ਸਲੀਮ ਜੀ ਕੀ ਕਹਿਣਾ ਚਾਹੋਗੇ? ਪਰਮਜੋਤ ਜਿਉਂਦੀ ਰਹਿ ਕੁੜੀਏ, ਮਾਲਕ ਤੈਨੂੰ ਤਰੱਕੀਆਂ ਬਖਸ਼ੇ। ਸਲੀਮ ਭਾਅ ਜੀ ਤੁਸੀਂ ਵੀ ਜਿਉਂਦੇ ਹੀ ਰਹੋ। ਸ਼ੁਕਰੀਆ ਜੀ। ਸਾਡੇ ਸੈਲੀਬ੍ਰਿਟੀ ਗੈਸਟ ਲਖਵਿੰਦਰ ਵਡਾਲੀ ਜੀ, ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਸ਼ਾਇਦ ਜੋ ਮੈਂ ਇਹਨਾਂ ਦੇ ਗਾਣੇ 'ਚ ਮਹਿਸੂਸ ਕੀਤਾ ਜਾਂ ਉਸ ਟਾਈਮ ਦੇ ਦਰਮਿਆਨ ਮੈਂ ਜੋ ਮਹਿਸੂਸ ਕੀਤਾ, ਮੈਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਮਾਈ ਹੀਰ ਅਤੇ ਬਾਪੂ ਰਾਂਝਾ ਆਸੇ ਪਾਸੇ ਬੈਠ ਕੇ ਸੁਣ ਰਹੇ ਹੋਣ ਅਤੇ ਗਵਾ ਰਹੇ ਹੋਣ। ਇਸ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿ ਸਕਦਾ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਤੇਜਵੰਤ ਕਿੱਟੂ ਸਾਹਿਬ ਨੇ ਇਹਨਾਂ ਬੱਚਿਆਂ ਦੇ ਲਈ ਜਿੰਨੀ ਮਿਹਨਤ ਆਫ ਦਾ ਕਰਟਨ, ਆਫ ਦਾ ਕੈਮਰਾ ਜਿੰਨੀ ਕੀਤੀ ਹੋਏਗੀ, ਮੈਨੂੰ ਲੱਗਦਾ ਕਿ ਉਹ ਇਹਨਾਂ ਦੇ ਸਾਰਿਆਂ ਦੇ ਸਿਰ ਝੜ ਬੋਲ ਰਹੀ ਹੈ। ਇਹ ਸਾਰਾ ਦਾ ਸਾਰਾ ਜਿਹੜਾ ਕ੍ਰੈਡਿਟ ਹੈ ਤੁਹਾਨੂੰ ਜਾਂਦਾ। ਕਿੱਟੂ ਭਾਅ ਜੀ, ਵੀ ਲਵ ਯੂ। ਲਵ ਯੂ ਆਲ, ਥੈਂਕ ਯੂ। ਸ਼ੁਕਰੀਆ ਜੀ। ਯੈਸ ਪਰਮਜੋਤ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਮਤਲਬ ਜੋ ਮੈਂ ਕੋਸ਼ਿਸ਼ ਕੀਤੀ ਸਾਰਿਆਂ ਨੂੰ ਅੱਛੀ ਲੱਗੀ। ਔਰ ਇੱਕ ਗੱਲ ਮੈਂ ਸ਼ੇਅਰ ਕਰਨਾ ਚਾਹੂੰਗੀ ਕਿ ਇਸ ਰਾਊਂਡ ਦਾ ਮੈਂ ਵੈਸੇ ਵੀ ਬਹੁਤ ਦੇਰ ਤੋਂ ਵੇਟ ਕਰ ਰਹੀ ਸੀ ਕਿਉਂਕਿ ਸੂਫੀ ਸੌਂਗਸ ਮੈਨੂੰ ਬਹੁਤ ਅੱਛੇ ਲੱਗਦੇ ਹੈ। ਔਰ ਮੈਂ ਹਮੇਸ਼ਾ ਜਦ ਵੀ ਸੂਫੀ ਸੌਂਗਸ ਗਾਉਂਦੀ ਹਾਂ ਅਤੇ ਮੈਂ ਲਾਰਡ ਸ਼ਿਵ ਨੂੰ ਯਾਦ ਕਰਕੇ ਗਾਉਂਦੀ ਹਾਂ। ਔਰ ਅੱਜ ਵੀ ਮੈਂ ਉਹਨਾਂ ਨੂੰ ਯਾਦ ਕਰਕੇ ਗਾਇਆ ਸੀ ਅਤੇ ਉਹਨਾਂ ਨੂੰ ਪ੍ਰੇਅਰ ਵੀ ਕੀਤੀ ਸੀ ਕਿ ਵੋਇਸ ਆਫ ਪੰਜਾਬ ਸੀਜ਼ਨ 4 'ਚ ਮੈਨੂੰ ਇੱਕ ਮੂਮੈਂਟ ਇੱਦਾਂ ਦਾ ਜ਼ਰੂਰ ਚਾਹੀਦਾ ਕਿ ਸਾਰੇ ਖੜ੍ਹੇ ਹੋ ਕੇ ਅਤੇ ਮੈਨੂੰ ਐਪਰੀਸ਼ੀਏਟ ਕਰਨ। ਅਤੇ ਥੈਂਕ ਯੂ ਟੂ ਲਾਰਡ ਸ਼ਿਵਾ ਕਿ ਉਹਨਾਂ ਨੇ ਮੇਰੀ ਗੱਲ ਮੰਨੀ। ਔਰ ਥੈਂਕਸ ਟੂ ਮਾਈ ਡੈਡ, ਬਹੁਤ ਬਹੁਤ ਸਪੋਰਟ ਕਰਦੇ ਹੈ ਮੰਮੀ ਪਾਪਾ, ਤਾਂ ਉਹਨਾਂ ਨੂੰ ਮੇਰਾ ਬਹੁਤ ਥੈਂਕ ਯੂ। ਔਰ ਥੈਂਕਸ ਟੂ ਕਿੱਟੂ ਸਰ, ਬਹੁਤ ਜ਼ਿਆਦਾ ਹੈਲਪ ਕਰਦੇ ਹੈ ਹਮੇਸ਼ਾ ਹੀ। ਔਰ ਸਾਡੇ ਮਿਊਜ਼ੀਸ਼ੀਅਨਸ ਨੂੰ ਵੀ ਬਹੁਤ ਬਹੁਤ ਥੈਂਕ ਯੂ, ਇਹ ਵੀ ਬਹੁਤ ਜ਼ਿਆਦਾ ਹੈਲਪ ਕਰਦੇ ਹੈ। ਥੈਂਕਸ ਲੋਟ। ਓਕੇ, ਸ਼ੁਕਰੀਆ ਪਰਮਜੋਤ, ਥੈਂਕ ਯੂ ਸੋ ਮਚ। ਪਲੀਜ਼।